वाहिगुरु जी का खालसा, वाहिगुरु जी की फतेह। वाहिगुरु जी, वीर जी आ गए ते पानी पुनी नींबू पानी बनाइए। मिक्स जा कर दे। चल रसोई ची आ रही, लो पानी लो। की कहंदी गर्मी उदा जी में बदल जा हो जांदा है, जा मीं जा आ जांदा है, फिर हवा जी चल जांदी है ना, वो ठंडी जी लगदी है थोड़ी जी। नहीं तां हुण गर्मी तां होए गई हुण। रात नूं ज्यादा गर्मी हो जांदी है, फिर मैं शाम नूं ज्यादा मर जांदी। बाकी पहला लगती खड़े नी किन्नी लसकी दो तीन जगह गिरी यार, अपन दूर दूर जी लगे पानी मोटर दे हिसाब नाल निकलदा। हुण तां सैकड़ी दे उपर चली गई, थोड़ी ग्रेड हो बदल गई, जद अपनी मेरे 63,000 दी आई गई। कड़ी कंपनी दी लई हुई अपन ए लुबी दी। खर्चे रुड़ी भी जाते जो कमे नहीं चल रहे है, फिर भी बंदा टेंशन च आऊगा। होर की करू, काम कोई भी नहीं। देखो बाजार खाली पे, ਅੱਧਾ ਬੰਦ ਪਿਆ, ਅੱਧਾ ਥੋੜੀ ਦੁਕਾਨਾਂ ਖੁੱਲਦੀਆਂ, ਉਹਦੇ ਦੁਕਾਨ ਦੇ ਨਹੀਂ ਆਉਂਦੇ। ਤੇ ਪੈਸੇ ਬੈਠ ਕੇ ਸਾਰੇ ਦਿਨ ਚੱਲੇ, ਉਹਨਾਂ ਦਾ ਵੀ ਫਿਰ ਕੰਮ ਇੰਨਾ ਪੈਸਾ ਨਹੀਂ ਹੈਗਾ। ਮੁੱਖੀ ਜਾਨ ਹੋ ਗਈ ਹੁਣ ਤਾਂ ਨਾ ਡਾਕਟਰ ਕੋਲ ਜਾਣ ਜੋਗਾ ਕੋਈ, ਥੋੜੀ ਬਹੁਤੀ ਤਕਲੀਫ ਹੋਵੇ ਵੀ ਆਪਣਾ ਹੋ ਗਿਆ ਨਾ। ਉਹ ਹੁਣ ਮੰਮੀ ਕੰਨ ਨੂੰ ਕਹਿ ਰਹੇ ਸੀਗੇ ਤੇ ਹੁਣ ਸਰਦਾਰ ਜੀ ਨੇ ਦਿੱਤੀ ਹੈ ਦਵਾਈ ਆਪੇ ਆਪਣੀ ਸਮਝ ਨਾਲ ਹਨਾ। ਜੇ ਆਪਣੀ ਤਾਂ ਹੁਣ ਜਿਹੜਾ ਇਹ ਵੀ ਕਮਿਸਟ ਵਾਲੇ ਤੇ ਚੱਲ ਜਿਹੜੀ ਡਾਕਟਰ ਦੀ ਲਿਖੀ ਹੁੰਦੀ ਆ ਉਹ ਵੀ ਦਿੰਦੇ ਨੇ। ਉਹ ਵੀ ਨਹੀਂ ਕੰਨਾਂ ਜਿਹੜਾ ਹਨਾ, ਨਹੀਂ ਕੰਨਾਂ ਵਾਲੇ ਡਾਕਟਰ ਕੋਲ ਜਾਂਦੇ ਹੁਣ ਉਹ ਵੀ ਡਰਦਾ ਕੋਈ ਡਾਕਟਰ ਕੋਲ ਆਪੇ ਹੀ ਜਾਂਦੀ ਨੇ ਕਿ ਮੈਂ ਜਿਸ ਤਾਂ ਦੰਦਾਂ ਵਾਲੇ ਕੋਲ ਨਹੀਂ ਗਏ ਹੈਗੇ ਨੇ ਹਨਾ। ਨਹੀਂ ਡਰ ਹੋ ਗਿਆ, ਪਹਿਲਾਂ ਤਾਂ ਐਂ ਦਾ ਮਾਣੀ ਮੂਲ ਲਈ ਜਿਉਂ ਬਿਮਾਰੀ ਖਤਰਨਾਕ ਹੈ। ਅੱਛਾ ਬਤਾ ਕਿਹੜਾ ਦੇਖਦੇ ਆ ਡਾਕਟਰ ਵੀ ਦੇ ਗੱਲ ਕਰਕੇ ਲਾ ਜੀ। ਹੋਰ ਹੁਣ ਪਿੰਡ ਚ ਮੁੰਡਾ ਲੈ ਗਿਆ ਜੀ ਮੈਂ ਉਹਨਾਂ
ਕੋਈ ਡਾਕਟਰ ਨੇ ਨੱਥੀ ਲਾ ਕੇ ਨਹੀਂ ਦੇਖਿਆ ਵਾਰ ਦੇ ਵਾਰ ਕਹਿੰਦੇ ਉਧਰ ਇੱਥੇ ਜੋ ਰਜਿੰਦਰਾ ਚਲੇ ਜੋ ਫਲਾਣ ਕੀ ਕਰੇ ਵੀ ਆਏ ਤਾਂ ਤੁਹਾਡੇ ਕੋਲ ਅੱਗੇ ਕਿੱਥੇ ਲੈ ਜਾਈਏ ਅੱਛਾ ਹੁਣ ਸਰਟੀਫਿਕੇਟ ਲੱਗ ਜਾਏ ਉਹਨੂੰ ਰੱਖਦੇ ਨੇ ਨਾ ਰੱਖਣ ਦਾ ਹੁਕਮ ਵੀ ਰੱਖੋ ਉਹਨੂੰ ਦਾਖਲ ਟੰਕੇ ਟੁੰਕੇ ਲਾਏ ਆਪਣਾ ਫੇਰ ਇੱਥੇ ਜਦੋਂ ਇਹ ਸੱਟਾ ਲੱਗੀ ਸੀ ਖਾਨ ਪੁਰਾ ਵਾਲੇ ਮੁੰਡੇ ਦੇ ਬੰਟੀ ਨੇ ਉਹਨੂੰ ਰੱਖਿਆ ਚਲੇ ਨਾ ਸ਼ੁਕਰ ਫੜੇ ਗਏ ਉਹਨੇ मेहनत करके बंदा बदल दिहाड़ी करके अपना नौकरी करके 5-7 हज़ार रुपया दे के आता जब मतलब तनखा मिलती है कुछ मिलता रास्ते जी फिर पता लग जाए अलग मार के मेहनत कर रहा है ਗਰਮੀ ਬਹੁਤ ਲੱਗਦੀ ਹੈ ਬਾਹਰ ਤਾਂ ਨਹੀਂ ਬਾਹਰ ਇਤਾਂ ਜਗੋ ਨਹੀਂ ਕਈ ਗਰਮੀ ਲੱਗਦੀ ਉਹਨਾਂ ਤੇ ਚਾਹ ਵੀ ਕੀ ਕੰਮ ਕਰਨਾ ਹੈ ਹੈਨਾ ਬਾਕੀ ਦਰਖਤਾਂ ਦੀ ਛਾਂ ਸੁਣ ਵੀ ਛਾਂ ਹੈਗੀ ਹੈ ਨਾ ਫਿਰ ਜੇ ਚਾਹ ਨਾ ਪੀਓ ਪਾਣੀ ਦੀ ਪਿਆਸ ਨਹੀਂ ਬੁਝਦੀ ਹੈਨਾ ਜਿਹੜਾ ਸੀ ਵੀ ਲੋ ਪਿੰਡਾਂ ਜਾਂ ਨੀਂਦ ਆਉਣ ਲੱਗ ਜਾਂਦੀ ਹੈ ਹੈਨਾ ਸੁਸਤੀ ਪੈ ਜਾਂਦੀ ਹੈ ਕੰਮ ਵਾਲਾ ਬੰਦਾ ਚਾਹ ਕੰਮ ਵਾਲਾ ਚਾਹ ਪੀਂਦਾ ਹੈ ਪਾਣੀ ਜੇ ਨਾਲ ਨਿੰਬੂ ਪਾਣੀ ਵੀ ਜੜਾ ਉਹ ਬਣਾ ਲੈਂਦੇ ਆ ਚਾਹ ਦੇ ਨਾਲ ਤਾਂ ਫਿਰ ਕੀ ਕਰੇਗਾ ਨਾ ਚਾਹ ਹੀ ਦੇ ਦੇ ਪਾਣੀ ਦੇ ਦੇਵੇਂ ਬੋਤਲ ਪਿੰਚ ਚ ਟਾਈਮ ਵੀ ਲੋਈ ਵਾਹਿਗੁਰੂ ਜੀ ਹੁਣ ਅਸੀਂ ਚਾਹ ਰੱਖਣ ਲੱਗੇ ਹਾਂ ਅਤੇ 3-4 ਜਣੇ ਵੀਰ ਜੀ ਕਹਿੰਦੇ ਬਾਹਰ ਨੇ ਖੇਤਾਂ 'ਚ ਬਾਕੀ ਅਸੀਂ ਵੀ ਸਾਰੇ ਜਣੇ ਥੋੜ੍ਹੀ ਥੋੜ੍ਹੀ ਲਵਾਂਗੇ ਇਹ ਸਵੇਰ ਦੇ ਜਣੀ ਕੰਮ ਕੁੰਮ ਕਰਕੇ ਸਵੇਰ ਦੀ ਰੋਟੀ ਤਾਂ ਲੱਸੀ ਨਾਲ ਖਾਧੀ ਜਾਂਦੀ ਹੈ ਫਿਰ ਚਲ ਥੋੜ੍ਹੀ ਜਿਹੀ ਹੁਣ ਚਾਹ ਜੀ ਵੀ ਪੀ ਲਵਾਂਗੇ ਨਾਲੇ ਸੁਸਤੀ ਜੀ ਨਹੀਂ ਉਹ ਹੁੰਦੀ ਵਾਹਿਗੁਰੂ ਜੀ ਉਹੀ ਹੈ ਵੀ ਜਿਹੜੇ ਇਹੋ ਜਿਹੇ ਨੁਕਸਾਨ ਆਪਣੇ ਚਿੱਤ ਚੇਤੇ ਵੀ ਨਹੀਂ ਹੁੰਦੇ ਗਿਣਤੀ 'ਚ ਵੀ ਨਹੀਂ ਹੁੰਦੇ ਹੈ ਨਾ ਉਹ ਵੀ ਹੋ ਜਾਂਦੇ ਨੇ ਨਵੀਂ ਮੋਟਰ ਲਓ ਵੀਰ ਜੀ ਕਹਿੰਦੇ 70-80 ਹਜ਼ਾਰ ਦੀ ਆਉਂਦੀ ਹੈ ਫਿਰ ਚਲੋ ਇਹੀ ਬਣਾਈ ਬਣੂਈ ਜਾਂਦੀ ਹੈ ਹੈ ਨਾ ਕਿੰਨੇ ਦੀ 15 ਦੀ ਕਿੰਨੇ ਦੀ 15 ਲੈ ਲਓ 20 ਲੈ ਲਓ ਤਾਂ ਜਾ ਕੇ ਪਤਾ ਲੱਗਦਾ ਕਿੰਨੇ ਦੀ ਹੋਊਗੀ ਹੈ ਨਾ ਬੰਨਣਗੇ ਹੈ ਨਾ ਬਾਕੀ ਉਹ ਵੀਰ ਜੀ ਨੂੰ ਪਤਾ ਹੋਊਗਾ ਊਂ ਦੱਸ ਜੀ ਤਾਂ ਰਹੇ ਸੀ ਫਿਰ ਬੰਦਿਆਂ ਦੀਆਂ ਗੱਲਾਂ ਆਪਾਂ ਨੂੰ ਵੀ ਥੋੜ੍ਹਾ ਘੱਟ ਸਮਝ ਆਉਂਦੀਆਂ ਨੇ ਅਤੇ ਇਹ ਮੈਨੂੰ ਲੱਗਦਾ ਚਾਹ ਥੋੜ੍ਹੀ ਤਾਂ ਨਹੀਂ ਹੋਊਗੀ ਹੈ ਨਾ ਬਹੁਤ ਅੱਧਾ ਦੁੱਧ ਪੈ ਜੂਗਾ ਨਾ ਚਲੋ ਜੀ ਅਸੀਂ ਉਹਨਾਂ ਦੀ ਚਾਹ ਕਰਕੇ ਕਿੰਨੀ 'ਚ ਪਾ ਦਾਂਗੇ ਇਲਾਇਚੀ ਲੂਚੀ ਪਾ ਕੇ ਵੀਰ ਜੀ ਲਿਜਾਣਗੇ ਫਿਰ ਨਾਲ ਅਸੀਂ ਵੀ ਪੀ ਲੈਂਦੇ ਹਾਂ ਹਾਂ ਉਹ ਇੱਕ ਲਖਤ ਰਿੱਝਣ ਜੀ ਲੱਗ ਜਾਂਦੀ ਹੈ ਦੁੱਧ ਆਹੀ ਗਰਮ ਪਾਉਣੇ ਉਬਾਲੀ ਵਾਲਾ ਕਿ ਫਰਿੱਜ ਠੀਕ ਹੈ ਇਹ ਵਿੱਚ ਲਾ ਦਾਂਗੇ ਨਾ ਇਹ ਤਾਜ਼ਾ ਵਿੱਚ ਲੱਗ ਜੂਗਾ ਅਤੇ ਵੈਸੇ ਤਾਂ ਚੱਲ ਧੁੱਪ ਵੀ ਬਹੁਤ ਹੈ ਪਰ ਹੁਣ ਜਦ ਕੋਈ ਨੁਕਸਾਨ ਹੁੰਦਾ ਕੰਮ ਹੁੰਦਾ ਹੈ ਨਾ ਫਿਰ ਤਾਂ ਬੰਦੇ ਨੂੰ ਉਹੀ ਹੈ ਧੁੱਪ ਗਰਮੀ ਵੀ ਨਹੀਂ ਲੱਗਦੀ ਉਹੀ ਟੈਨਸ਼ਨ ਜੀ ਹੋ ਜਾਂਦੀ ਹੈ ਖੁਸ਼ੀ 'ਚ ਬੰਦਾ ਹੌਸਲੇ ਚਲੇ ਜਾਂਦਾ ਨੁਕਸਾਨ ਹੋ ਜਾਂਦਾ ਤਾਂ ਬੰਦੇ ਨੂੰ ਫਿਰ ਹੌਲਾ ਹੌਲਾ ਵੀ ਐਂ ਮੰਨ ਜਾਓ ਕਰਕੇ ਜਾਣਾ ਪੈਂਦਾ ਹੈ ਨਾ ਐਂ ਸੀਗਾ ਵੀ ਕਿਤੇ ਜ਼ਿਆਦਾ ਹੀ ਨਾ ਹੋਵੇ ਹੋਵੇ ਨੁਕਸਾਨ ਵੀ ਚਲੋ ਦੁਕਾਨ ਦੁਕਾਨ ਤੇ ਗਈਆਂ ਕਦੇ ਵਾਹਿਗੁਰੂ ਜੀ ਮੰਜੇ ਮੰਜੇ ਧੁੱਪ 'ਚ ਹੁੰਦੇ ਨੇ ਡੈਡੀ ਲਿਆਉਂਦੇ ਨੇ ਲਓ ਜੀ ਇੱਧਰ ਚਾਹ ਬਣ ਗਈ ਆਪਣੀ ਅਤੇ ਅੱਜ ਸਾਡਾ
ਥੋੜਾ ਜਿਹਾ ਜਿਵੇਂ ਆਪਾਂ ਦੁੱਧ ਕਈ ਵਾਰ ਹੋਰ ਪਾਸੇ ਵਰਤ ਲੈਂਦੇ ਹਾਂ, ਵਰਤਿਆ ਗਿਆ ਤੇ ਫਿਰ ਦਹੀਂ ਜਮਾਈ ਸੀਗੀ ਸਵੇਰੀ ਲੱਸੀ ਰਿੜਕਦੇ ਹਾਂ ਜਿਹੜੀ, ਉਹ ਕਈ ਵਾਰ ਥੋੜ੍ਹੀ ਰਿੜਕੀਂਦੀ ਹੈ ਫਿਰ ਲੱਗ ਜਾਂਦੀ ਹੈ, ਫਿਰ ਡੈਡੀ ਚਲੋ ਆਦਤ ਹੈ ਵੀ ਹੈ ਨਾ ਕਈ ਵਾਰ ਪੀ ਲੈਂਦੇ ਨੇ, ਫਿਰ ਉਨੀ ਵਾਰੀ ਉਹਨਾਂ ਨੂੰ ਚਲੋ ਤਾਜ਼ੇ ਦਹੀਂ ਦੀ ਬਣਾ ਦਈਦੀ ਹੈ, ਉਹ ਵੀ ਵਧੀਆ ਲੱਗਦੀ ਹੈ ਉਹਨਾਂ ਨੂੰ ਤਾਂ। ਕਾਲੀ ਮਿਰਚ ਵਾਹਿਗੁਰੂ ਜੀ ਬਾਹਰ ਵਾਸਤੇ ਕੇਨੀ 'ਚ ਪਾ ਤੀ ਚਾਹ, ਅਸੀਂ ਆਪਣੀ ਗੜਵੀ 'ਚ ਪੁਣ ਲਈ ਇਕੱਠੀ ਉਹ ਬਣਾ ਲਈ ਸੀ, ਡੈਡੀ ਆਪਣੀ ਲੱਸੀ ਲੈ ਕੇ, ਉਹ ਜਿਹੜਾ ਤੁਹਾਨੂੰ ਦਿਖਾਇਆ ਸੀ ਛੋਟਾ ਜਿਹਾ ਕਮਰਾ ਜਿੱਥੇ ਧੁੱਪ ਨਹੀਂ ਆਉਂਦੀ ਹੈਗੀ, ਠੰਡਾ ਰਹਿੰਦਾ ਉਹ, ਅਤੇ ਉੱਪਰ ਤਾਂ ਹੁਣ ਭੱਖਣ ਲੱਗ ਜਾਂਦਾ ਚੁਬਾਰਾ, ਉੱਥੇ ਲੱਸੀ ਲੈ ਕੇ ਚਲੇ ਗਈ ਹੈ। ਹਾਂ ਉਹ ਤਾਂ ਖੁੱਲ੍ਹਦਾ ਨਹੀਂ ਨਾ ਢੱਕਣ, ਬਹੁਤ ਟਾਈਟ ਹੈ। ਮੰਮੀ ਤਾਂ ਕੱਪ ਪਾ ਕੇ ਫਿੱਕਾ ਕਰਦੇ ਆ, ਇਹ ਪਿੱਠਾ ਪਾ ਲਿਆ ਇਹ 'ਚ, ਜਮੀ ਫਿੱਕੀ ਹੈ। ਹਾਂ ਥੋੜਾ ਤਾਂ ਪਾਇਆ ਵਾ, ਜਮੀ ਆਪਾਂ ਨੂੰ ਫਿੱਕੀ ਸੁਣੀ, ਫਿਰ ਉਹਨਾਂ ਨੂੰ ਨਹੀਂ ਫਿੱਕੀ ਰਹੂਗੀ ਪਾਈਆਂ, ਮੰਮੀ ਨੇ ਥੋੜਾ ਜਿਹਾ ਪਾਇਆ ਨਾ, ਉਹ 'ਚ ਤਾਂ ਪਾ ਦਿਆ ਮਿੱਠਾ। ਅੱਛਾ ਵਿੱਚ ਤਾਂ ਗਲਾ ਦੇ, ਲਾਈਟ ਜਿਹਾ ਪਾਇਆ ਵਾ ਨਾ, ਮੈਂ ਥੋੜਾ ਜਿਹਾ ਆਪਣੇ 'ਚ ਪਾ ਲਿਆ, ਫਿਰ ਪਾ ਲਿਆ ਇਹਨੇ ਪਿੰਡ ਦੇ ਦਾਰਿਆਂ ਨੂੰ, ਥੋੜਾ ਜਿਹਾ ਕਰ ਦਾਂਗੇ ਨਾ ਵਿੱਚ ਪਾ ਦਈਏ, ਠੀਕ ਹੈ ਪਰ ਹੋਰ ਪਾ ਦਾਂਗੇ ਉਹ ਗਰਮ ਜੀ ਕਰਕੇ। ਲਓ ਜੀ ਕੱਪਾਂ ਜੀ ਚਬਾ ਲਈ ਚਾਹ, ਫਿਰ ਗਲਾਸ 'ਚ ਨਾ ਜ਼ਿਆਦਾ ਹੋ ਜਾਂਦੀ ਹੈ, ਰੋਟੀ ਰੋਟੀ ਨਾਲ ਤਾਂ ਜ਼ਿਆਦਾ ਪੀਤੀ ਜਾਂਦੀ ਹੈ, ਗਲਾਸ 'ਚ ਵਧੀਆ ਲੱਗਦੀ ਹੈ, ਠੀਕ ਹੈ ਫਿਰ ਦਿਨ 'ਚ ਨਹੀਂ ਵਾਹਲੀ ਪੀਤੀ ਜਾਂਦੀ। ਠੀਕ ਹੈ ਜੀ ਚਾਹ ਪੀਏ, ਫਤਿਹ ਬੁਲਾਈਏ ਗੁਰੂ ਮਹਾਰਾਜ ਸਭ ਦਾ ਭਲਾ ਕਰਨ, ਸਭ ਨੂੰ ਟੈਨਸ਼ਨ ਫਰੀ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।